ਇਹ ਸ਼ੁਰੂਆਤ ਹੈ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਹਰ ਇੱਕ ਆਮ ਦਿਨ ਦੀ ਜੋ ਹੁਸ਼ਿਆਰਪੁਰ ਸ਼ਹਿਰ ਅਤੇ ਨੇੜੇ ਦੇ ਕਈ ਪਿੰਡਾਂ ਤੋਂ ਆਉਂਦੀਆਂ ਹੱਸਦੀਆਂ ਮੁਸਕਰਾਉਂਦੀਆਂ ਵਿਦਿਆਰਥਣਾਂ ਦੇ ਠਾਠਾਂ ਮਾਰਦੇ ਇਕੱਠ ਲਈ ਬਹੁਤ ਹੀ ਖਾਸ ਹੋ ਕੇ ਨਿਬੜਦਾ ਹੈ। ਵੱਡੇ ਵੱਡੇ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਨੂੰ ਆਪਣੀਆਂ ਪ੍ਰਾਪਤੀਆਂ ਅਤੇ ਨਤੀਜਿਆਂ ਕਰਕੇ ਮਾਤ ਦਿੰਦੇ ਹੋਏ ਇਸ ਸਕੂਲ ਦੀ ਘੰਟੀ ਵੱਜਦੇ ਹੀ ਕਤਾਰਬੱਧ ਹੋ ਕੇ ਸਵੇਰ ਦੀ ਸਭਾ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਜਜ਼ਬਾ ਦੇਖਦੇ ਹੀ ਬਣਦਾ ਹੈ। ਸੰਗੀਤ ਦੇ ਸਾਜ਼ਾਂ ਦੀ ਸੰਗਤ ਵਿੱਚ ਪ੍ਰਭੂ ਨਾਮ ਦੀ ਰੰਗਤ ਇਸ ਸਕੂਲ ਦੀ ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਮੰਗਦੀ ਹੈ। ਰੋਜ਼ ਇੱਕ ਨਵਾਂ ਵਿਦਿਆਰਥੀ, ਨਵਾਂ ਅਧਿਆਪਕ ਨਵਾਂ ਵਿਚਾਰ ਲੈ ਕੇ ਸਾਰੇ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਦਾ ਹੈ। ਅਤੇ ਇਸ ਪ੍ਰੇਰਣਾਦਾਈ ਸਵੇਰ ਦੀ ਸਭਾ ਦੇ ਪ੍ਰੇਰਣਾ ਦੇ ਸਰੋਤ ਹਨ ਸਾਡੇ ਸਕੂਲ ਦੇ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਜੀ, ਜੋ ਹਰ ਰੋਜ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣਾ ਉਤਸ਼ਾਹਵਰਧਕ ਸੁਨੇਹਾ ਦੇ ਕੇ ਰਾਸ਼ਟਰੀ ਗਾਨ ਅਤੇ PT ਤੋਂ ਬਾਅਦ ਬੱਚਿਆਂ ਦੀ ਸਮੂਹਿਕ ਹਾਜ਼ਰੀ ਸਵੇਰ ਦੀ ਸਭਾ ਦੀਆਂ ਕੁਝ ਵਿਲੱਖਣ ਪਰੰਪਰਾਵਾਂ। ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਅਤੇ ਉਹਨਾਂ ਦੇ ਨਿੱਜੀ ਯਤਨਾਂ ਦਾ ਸਿੱਟਾ ਹੈ ਇਹ ਸਮਾਰਟ ਕਲਾਸਰੂਮ, ਅਤੇ ਇਸ ਦੇ ਨਾਲ ਨਾਲ ਫਿਜਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੀਆਂ ਅਤਿ ਆਧੁਨਿਕ ਲੈਬਸ, ਜਿਨ੍ਹਾਂ ਦੇ ਵਿੱਚ ਮਿਹਨਤੀ ਅਧਿਆਪਕ ਲਰਨਿੰਗ ਬਾਏ ਡੂਇੰਗ ਵਿਸ਼ੇ ਦੇ ਉੱਪਰ ਆਧਾਰਿਤ ਸਿੱਖਿਆ ਬੱਚਿਆਂ ਨੂੰ ਦਿੰਦੇ ਹਨ। ਪ੍ਰਿੰਸੀਪਲ ਮੈਡਮ ਦੇ ਯਤਨਾਂ ਸਦਕਾ ਆਧੁਨਿਕ ਫਰਨੀਚਰ ਅਤੇ ਸਾਜੋ ਸਮਾਨ ਨਾਲ ਸੁਸੱਜਿਤ ਈ ਲੈਬ ਅਤੇ ਐਜੂਸੈਟ ਲੈਬ ਦੇ ਵਿੱਚ ਬੱਚੇ ਬੈਠ ਕੇ ਮਾਹਿਰਾਂ ਦੇ ਲੈਕਚਰ ਸੁਣ ਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਨ। ਪੁਸਤਕਾਂ ਦਾ ਦਾਨ ਦੇ ਕੇ ਸ਼ਿੰਗਾਰੀ ਹੋਈ ਸਕੂਲ ਦੀ ਲਾਇਬ੍ਰੇਰੀ ਸਕੂਲ ਦਾ ਅਨਿੱਖੜਵਾਂ ਅੰਗ ਹੈ। ਸਕੂਲ ਦੀਆਂ ਕੰਪਿਊਟਰ ਲੈਬਸ ਦੇ ਖਰਾਬ ਹੋ ਚੁੱਕੇ 15 ਕੰਪਿਊਟਰਸ ਦੀ ਥਾਂ 'ਤੇ ਮੈਡਮ ਪ੍ਰਿੰਸੀਪਲ ਜੀ ਦੇ ਯਤਨਾਂ ਸਦਕਾ 15 ਨਵੇਂ ਕੰਪਿਊਟਰ ਵਰਧਮਾਨ ਗਰੁੱਪ ਦੇ ਸਹਿਯੋਗ ਦੇ ਨਾਲ ਲਗਾਏ ਗਏ ਹਨ। ਜੋਇਫੁੱਲ ਲਰਨਿੰਗ ਲਈ ਸਮਰਪਿਤ ਸਕੂਲ ਦੀ ਮੈਥ ਲੈਬ ਸਕੂਲ ਦਾ ਉਹ ਹਿੱਸਾ ਹੈ ਜਿਸ ਵਿੱਚ ਰੰਗ ਬਿਰੰਗੇ ਚਾਰਟ, ਮਾਡਲ ਅਤੇ ਰੋਚਕ ਗਤੀਵਿਧੀਆਂ ਕਰਵਾਉਂਦੇ ਅਧਿਆਪਕ ਸਹਿਜ ਸੁਭਾਅ ਹੀ ਵਿਦਿਆਰਥੀਆਂ ਨੂੰ ਮੈਥ ਵਰਗੇ ਜਟਿਲ ਵਿਸ਼ੇ ਦਾ ਗਿਆਨ ਵੀ ਸੌਖਾ ਬਣਾ ਦਿੰਦੇ ਹਨ ਅਤੇ ਸਕੂਲ ਦੇ ਬੈਟਰ ਨਤੀਜਿਆਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਕਰੀਅਰ ਰੂਮ ਸਕੂਲ ਦਾ ਇੱਕ ਹੋਰ ਵਿਲੱਖਣ ਵਿਭਾਗ ਹੈ ਜਿਸ ਵਿੱਚ ਮਾਹਿਰ ਅਧਿਆਪਕਾਂ ਦੀ ਟੀਮ ਹਰ ਵੇਲੇ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਦੀ ਚੋਣ ਕਰਨ ਲਈ ਲੋੜੀਂਦੀ ਜਾਣਕਾਰੀ ਦਿੰਦੀ ਰਹਿੰਦੀ ਹੈ, ਅਤੇ ਵੱਖ ਵੱਖ ਕੋਰਸਾਂ ਅਤੇ ਕਿੱਤਿਆਂ ਦੀ ਜਾਣਕਾਰੀ ਵਿੱਚ ਮਹਾਰਤ ਰੱਖਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਵੀ ਬੱਚਿਆਂ ਨੂੰ ਕਰੀਅਰ ਦੀ ਚੋਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਅੰਗਰੇਜ਼ੀ ਅਤੇ ਸਮਾਜਿਕ ਵਰਗੇ ਵਿਸ਼ਿਆਂ ਦੇ ਰੁਚੀਪੂਰਨ ਗਿਆਨ ਲਈ ਪ੍ਰਿੰਸੀਪਲ ਮੈਡਮ ਜੀ ਦਾ ਇੱਕ ਹੋਰ ਸ਼ਾਨਦਾਰ ਉਪਰਾਲਾ ਹੈ ਸਕੂਲ ਦਾ SST ਕਾਰਨਰ, ਜਿੱਥੇ ਬੱਚੇ ਇੰਗਲਿਸ਼ ਅਤੇ SST ਦੀਆਂ ਗਤੀਵਿਧੀਆਂ ਰਾਹੀਂ ਖੁਸ਼ੀ ਖੁਸ਼ੀ ਜੋਇਫੁੱਲ ਲਰਨਿੰਗ ਪ੍ਰਾਪਤ ਕਰਦੇ ਹਨ। ਸਕੂਲ ਦਾ ਫਸਟ ਏਡ ਰੂਮ, ਜਿੱਥੇ ਇੱਕ ਟ੍ਰੇਨਡ ਅਧਿਆਪਕ ਅਤੇ ਸਿਖਲਾਈ ਪ੍ਰਾਪਤ ਵਿਦਿਆਰਥੀ ਕਿਸੇ ਵੀ ਵਿਦਿਆਰਥੀ ਦੇ ਸੱਟ, ਚੋਟ ਲੱਗਣ ਅਤੇ ਬਿਮਾਰੀ ਆਦਿ ਦੀ ਹਾਲਤ ਵਿੱਚ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਉਚਿਤ ਮੁੱਢਲੀ ਸਹਾਇਤਾ ਦੇ ਕੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਹੋਮ ਸਾਇੰਸ, ਵਿਦਿਆਰਥੀਆਂ ਨੂੰ ਖਾਣਾ ਬਣਾਉਣਾ ਸਿਖਾਉਣ ਅਤੇ ਵਧੀਆ ਗ੍ਰਹਿ ਵਿਗਿਆਨ ਦਾ ਸਿੱਖਿਆ ਦੇਣ ਲਈ ਸਕੂਲ ਦਾ ਹੋਮ ਸਾਇੰਸ ਵਿਭਾਗ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਕੂਲ ਨੂੰ ਬਾਕੀ ਸਕੂਲਾਂ ਤੋਂ ਅਲੱਗ ਕਰਦਾ ਹੈ। ਇਸ ਦੇ ਨਾਲ ਹੀ ਸਿਲਾਈ ਅਤੇ ਕਟਾਈ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਕੱਪੜੇ ਸੀਣਾ, ਕਢਾਈ ਕੱਢਣਾ ਆਦਿ ਸਿਖਾਇਆ ਜਾਂਦਾ ਹੈ। NSQF ਅਧੀਨ ਸਕੂਲ ਵਿੱਚ ਸਥਾਪਿਤ ਬਿਊਟੀ ਐਂਡ ਵੈਲਨੈਸ ਲੈਬੋਰਟਰੀ ਵਿੱਚ ਵਿਦਿਆਰਥੀਆਂ ਨੂੰ ਮੇਕਅਪ ਸੰਬੰਧੀ ਅਤਿ ਆਧੁਨਿਕ ਤਰੀਕਿਆਂ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਭੋਜਨ ਦੀ ਸਾਂਭ ਸੰਭਾਲ, ਜੈਮ, ਅਚਾਰ, ਚਟਨੀ, ਮੁਰੱਬੇ ਆਦਿ ਬਣਾਉਣਾ ਸਿਖਾ ਕੇ ਭਵਿੱਖ ਦੇ ਜੀਵਨ ਲਈ ਤਿਆਰ ਕੀਤਾ ਜਾਂਦਾ ਹੈ। ਅਤਿ ਆਧੁਨਿਕ ਮੈਥ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਹੈ, ਜਿਸ ਦੇ ਰਾਹੀਂ ਖੁਸ਼ੀ ਖੁਸ਼ੀ ਬੱਚੇ ਖੇਡ ਖੇਡ ਕੇ ਜੋਇਫੁੱਲ ਲਰਨਿੰਗ ਰਾਹੀਂ ਸਿੱਖਣਗੇ। ਟਾਈਪਿੰਗ ਅਤੇ ਸ਼ਾਰਟ ਹੈਂਡ ਵਿਭਾਗ ਵਿੱਚ ਪ੍ਰਿੰਸੀਪਲ ਮੈਡਮ ਜੀ ਦੇ ਯਤਨਾਂ ਸਦਕਾ ਵਧੀਆ ਸਾਜੋ ਸਮਾਨ ਅਤੇ ਆਧੁਨਿਕ ਫਰਨੀਚਰ ਉਪਲਬਧ ਕਰਵਾਇਆ ਗਿਆ ਹੈ। ਮੇਰੇ ਸਕੂਲ ਦਾ ਇੱਕ ਵੀ ਬੱਚਾ ਜ਼ਮੀਨ 'ਤੇ ਬੈਠ ਕੇ ਨਾ ਪੜ੍ਹੇ, ਇਹ ਸੁਪਨਾ ਹੈ ਸਾਡੇ ਸਕੂਲ ਦੇ ਪ੍ਰਿੰਸੀਪਲ ਜੀ ਦਾ, ਅਤੇ ਪ੍ਰਿੰਸੀਪਲ ਮੈਡਮ ਜੀ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਸਕੂਲ ਦੀ ਸ਼ਾਨਦਾਰ ਇਮਾਰਤ ਵਿੱਚ ਬੱਚਿਆਂ ਦੇ ਬੈਠਣ ਲਈ ਰੋਟਰੀ ਕਲੱਬ ਦੀ ਮਦਦ ਨਾਲ 350 ਨਵੇਂ ਡਿਊਲ ਡੈਸਕ ਲਗਵਾ ਕੇ ਦਿੱਤੇ ਹਨ। ਵਿਦਿਆਰਥੀਆਂ ਦੀ ਹੈਲਥ ਅਤੇ ਹਾਈਜੀਨ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਰੈੱਡ ਕ੍ਰੋਸ ਦੇ ਸਹਿਯੋਗ ਨਾਲ ਵੈਂਡਿੰਗ ਮਸ਼ੀਨਸ ਅਤੇ ਇੰਸੂਲੇਟਰਸ ਵੀ ਲਗਵਾਏ ਗਏ ਹਨ। ਬੱਤੀ ਚਲੇ ਜਾਣ 'ਤੇ ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਾ ਪਵੇ, ਇਸ ਦੇ ਲਈ
ਸਕੂਲ ਦੇ ਵਿੱਚ ਆਵਾਜ਼ ਰਹਿਤ ਜਨਰੇਟਰ ਸਥਾਪਿਤ ਕੀਤਾ ਗਿਆ ਹੈ। ਪ੍ਰਿੰਸੀਪਲ ਮੈਡਮ ਜੀ ਵੱਲੋਂ ਅਣਥੱਕ ਯਤਨ ਕਰਕੇ ਰੋਟਰੀ ਕਲੱਬ ਦੀ ਮਦਦ ਨਾਲ ਬੱਚਿਆਂ ਦੇ ਹੱਥ ਧੋਣ ਲਈ ਵਾਸ਼ਿੰਗ ਯੂਨਿਟਸ ਲਗਵਾਏ ਗਏ ਹਨ, ਜਿਨ੍ਹਾਂ ਦੇ ਵਿੱਚ ਬੱਚੇ ਸਾਬਣ ਨਾਲ ਹੱਥ ਧੋ ਕੇ ਪਰਮਾਤਮਾ ਦਾ ਨਾਮ ਲੈਂਦੇ ਹਨ। ਮਿਡ ਡੇ ਮੀਲ ਏਰੀਆ ਦੇ ਵਿੱਚ ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਬੱਚਿਆਂ ਦੇ ਖਾਣਾ ਖਾਣ ਲਈ ਬਹੁਤ ਖੂਬਸੂਰਤ ਫਰਨੀਚਰ ਉਪਲਬਧ ਕਰਵਾਇਆ ਗਿਆ ਹੈ ਅਤੇ ਆਸ ਪਾਸ ਦੀਆਂ ਦੀਵਾਰਾਂ 'ਤੇ ਪੌਸ਼ਟਿਕ ਭੋਜਨ ਸੰਬੰਧੀ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਸਕੂਲ ਦੀ ਸਭ ਤੋਂ ਮਨਮੋਹਕ ਵਿਸ਼ੇਸ਼ਤਾ ਇਸ ਦੇ ਸਭ ਤੋਂ ਖੂਬਸੂਰਤ ਹਰੇ ਭਰੇ ਪਾਰਕ ਹਨ, ਜੋ ਕਿ ਪ੍ਰਿੰਸੀਪਲ ਮੈਡਮ ਜੀ ਦੇ ਸਾਫ਼ ਸੁਥਰੇ ਆਲੇ ਦੁਆਲੇ ਅਤੇ ਕੁਦਰਤੀ ਮਾਹੌਲ ਪ੍ਰਤੀ ਝੁਕਾਅ ਦੀ ਗਵਾਹੀ ਭਰਦੇ ਹਨ। ਇਹਨਾਂ ਵਿੱਚ ਲੱਗੇ ਇੱਕ ਇੱਕ ਫੁੱਲ ਅਤੇ ਪੌਦੇ ਦੀ ਪਾਲਣਾ ਅਤੇ ਦੇਖਭਾਲ ਪ੍ਰਿੰਸੀਪਲ ਮੈਡਮ ਜੀ ਦੇ ਖੁਦ ਵੀ ਨਿੱਜੀ ਰੂਪ ਵਿੱਚ ਅਧਿਆਪਕਾਂ ਅਤੇ ਬੱਚਿਆਂ ਦੇ ਨਾਲ ਲੱਗ ਕੇ ਕਰਦੇ ਹਨ। ਹਰ ਆਉਣ ਜਾਣ ਵਾਲੇ ਲਈ ਖਿੱਚ ਦਾ ਕੇਂਦਰ ਬਣਦੇ ਇਸ ਕੋਰੀਡੋਰ ਨੂੰ ਬਣਾਉਣ ਲਈ ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਜੀ ਵੱਲੋਂ ਬਹੁਤ ਸਾਰੀ ਨਗਦ ਰਾਸ਼ੀ ਸਕੂਲ ਨੂੰ ਦਾਨ ਕੀਤੀ ਗਈ ਹੈ, ਜੋ ਕਿ ਪ੍ਰਿੰਸੀਪਲ ਮੈਡਮ ਜੀ ਦੇ ਸਕੂਲ ਦੇ ਪ੍ਰਤੀ ਲਗਾਵ ਦਾ ਸਭ ਤੋਂ ਵੱਡਾ। ਸਕੂਲ ਦੀ ਬਾਹਰੀ ਦਿੱਖ ਨੂੰ ਚਾਰ ਚੰਨ ਲਾਉਂਦੀਆਂ ਕੋਰੀਡੋਰਸ ਦੇ ਅੰਦਰ ਲੱਗੀਆਂ ਇਹ ਵਾਲ ਪੇਂਟਿੰਗ ਅਤੇ ਡੈਕੋਰੇਟਿਵ ਸ਼ੋਕੇਸਿਸ ਸਕੂਲ ਦੇ ਪ੍ਰਿੰਸੀਪਲ ਜੀ ਦੇ ਨਿੱਜੀ ਯਤਨਾਂ ਦੇ ਹੀ ਸਦਕਾ ਇਸ ਸਕੂਲ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ। ਸਕੂਲ ਦੇ ਇਸ ਕੋਰੀਡੋਰ ਦੇ ਨਿਰਮਾਣ ਦੇ ਪਿੱਛੇ ਪ੍ਰਿੰਸੀਪਲ ਮੈਡਮ ਜੀ ਦਾ ਇਹ ਸੁਪਨਾ ਸੀ ਕਿ ਜਿਨ੍ਹਾਂ ਬੱਚਿਆਂ ਨੂੰ ਆਪਣੇ ਕਲਾਸਰੂਮ ਦੇ ਵਿੱਚ ਜਾਣ ਲਈ ਮੀਂਹ ਜਾਂ ਬਾਰਿਸ਼ ਦੇ ਪਾਣੀ ਵਿੱਚ ਭਿੱਜਣਾ ਪੈਂਦਾ ਹੈ, ਉਹ ਸਮੱਸਿਆ ਹਮੇਸ਼ਾ ਹਮੇਸ਼ਾ ਲਈ ਖਤਮ ਕੀਤੀ ਜਾ ਸਕੇ। ਇਸ ਕੋਰੀਡੋਰ ਅਤੇ ਸਕੂਲ ਦੇ ਮੇਨ ਗੇਟ ਦੀ ਰੈਨੋਵੇਸ਼ਨ ਕਰਕੇ ਪ੍ਰਿੰਸੀਪਲ ਮੈਡਮ ਜੀ ਨੇ ਬੱਚਿਆਂ ਨੂੰ ਬਾਰਿਸ਼ ਦੇ ਪਾਣੀ ਵਿੱਚ ਭਿੱਜਣ ਦੀ ਸਮੱਸਿਆ ਤੋਂ ਸਦਾ ਸਦਾ ਲਈ ਮੁਕਤ ਕਰ ਦਿੱਤਾ ਹੈ। ਖਿਡਾਈਆਂ ਜਾਣ ਵਾਲੀਆਂ 13 ਖੇਡਾਂ ਵਿੱਚ ਮੱਲਾਂ ਮਾਰਨ ਲਈ ਬਹੁਤ ਹੀ ਪ੍ਰੇਰਨਾ ਅਤੇ ਉਤਸ਼ਾਹ ਦੇ ਕੇ ਪ੍ਰਿੰਸੀਪਲ ਮੈਡਮ ਜੀ ਵੱਲੋਂ ਖੇਡ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ। NGOs ਦੀ ਮਦਦ ਨਾਲ ਲੱਖਾਂ ਰੁਪਏ ਦੀ ਕੀਮਤ ਦੀਆਂ ਸਪੋਰਟਸ ਕਿੱਟਸ ਅਤੇ ਸਮਾਨ ਖਿਡਾਰੀਆਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਸੱਭਿਆਚਾਰਕ ਗਤੀਵਿਧੀਆਂ, ਗਿੱਧਾ, ਸੰਗੀਤ, ਫਾਈਨ ਆਰਟਸ, ਕਵਿਤਾ, ਭਾਸ਼ਣ, ਸੁਲੇਖ ਆਦਿ ਮੁਕਾਬਲਿਆਂ ਵਿੱਚ ਵੀ ਸਕੂਲ ਦੀਆਂ ਪ੍ਰਾਪਤੀਆਂ ਵਿਲੱਖਣ ਹਨ। ਸਕੂਲ ਵਿੱਚ ਵਿਦਿਆਰਥੀਆਂ ਲਈ 12 ਨਵੇਂ ਟੋਇਲਟਸ ਵਰਧਮਾਨ ਗਰੁੱਪ ਦੇ ਸਹਿਯੋਗ ਨਾਲ ਬਣਾਏ ਗਏ ਹਨ। ਉਹ ਹਨ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਲਲਿਤਾ ਰਾਣੀ ਜੀ, ਜਿਨ੍ਹਾਂ ਦੇ ਦਫ਼ਤਰ ਵਿੱਚ ਜਾਂਦੇ ਹੀ ਹਰ ਅਧਿਆਪਕ ਦੇ ਵਿਦਿਆਰਥੀ ਨੂੰ ਮਾਪਿਆਂ ਵਾਲਾ ਪਿਆਰ, ਸਨੇਹ ਅਤੇ ਪ੍ਰੇਰਣਾ ਮਿਲਦੀ ਹੈ। ਡਿੱਗੇ ਕਦਮਾਂ ਦੇ ਵਿੱਚ ਐਸੀ ਹੋਵੇ ਉਸਦੀ ਚਾਲ, ਤੰਦਰੁਸਤ ਰਹੇ ਜਵਾਨੀਆਂ ਮਾਨੇ, ਸਕੂਲ ਮੇਰੇ ਦਾ ਹਰ ਇੱਕ ਬਾਲ, ਸਕੂਲ ਮੇਰੇ ਦਾ ਹਰ ਇੱਕ ਬਾਲ, ਸਕੂਲ ਮੇਰੇ ਦਾ ਹਰ ਇੱਕ ਬਾਲ। ਸਕੂਲ ਦੀ ਬਾਹਰੀ ਦਿੱਖ, ਸਕੂਲ ਦੀਆਂ ਪ੍ਰਾਪਤੀਆਂ, ਵੱਖ ਵੱਖ ਖੇਤਰਾਂ ਦੇ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ, ਸਕੂਲ ਦੇ ਨਤੀਜਿਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਆਸ ਪਾਸ ਦੇ ਪਿੰਡਾਂ ਅਤੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਅੱਛਾ ਮੈਸੇਜ, ਪੋਜ਼ਿਟਿਵ ਮੈਸੇਜ ਇਸ ਸਕੂਲ ਦੇ ਪ੍ਰਤੀ ਗਿਆ ਹੈ, ਜਿਸ ਦਾ ਜਿੰਦਾ ਜਾਗਦਾ ਸਬੂਤ ਇਸ ਸਕੂਲ ਦੀ ਸਟਰੈਂਥ ਦਾ ਵਧਣਾ ਹੈ। ਪਿਛਲੇ ਕੁਝ ਸਮੇਂ ਦੌਰਾਨ 1800 ਤੋਂ ਲੈ ਕੇ ਅੱਜ ਸਕੂਲ ਦਾ ਜਿਹੜਾ ਬੱਚਿਆਂ ਦੀ ਸਟਰੈਂਥ ਦਾ ਅੰਕੜਾ ਹੈ ਉਹ 2100 ਨੂੰ ਛੂੰਹਦਾ ਨਜ਼ਰ ਆਉਂਦਾ ਹੈ। ਸੋ ਇਹ ਸਭ ਇਸ ਸਕੂਲ ਦੀਆਂ ਕੁਝ ਵਿਲੱਖਣ ਪਰੰਪਰਾਵਾਂ, ਪ੍ਰਿੰਸੀਪਲ ਮੈਡਮ ਜੀ ਦੇ ਕੁਝ ਵਿਲੱਖਣ ਇਨੀਸ਼ੀਏਟਿਵਸ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲ, ਪ੍ਰਾਈਵੇਟ ਸਕੂਲ ਤੋਂ ਹਟਾ ਕੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਦਾਖਲ ਕਰਵਾ ਕੇ ਪੜ੍ਹਾਉਣਾ ਚਾਹੁੰਦਾ ਹੈ। ਅੰਤ ਵਿੱਚ ਮੈਂ ਪ੍ਰਿੰਸੀਪਲ ਮੈਡਮ ਜੀ ਦੇ ਇਹਨਾਂ ਅਣਥੱਕ ਯਤਨਾਂ ਦੀ ਸ਼ਾਨ ਵਿੱਚ ਦੋ ਲਾਈਨਾਂ ਕਹਿ ਕੇ ਆਪਣੀ ਗੱਲ ਖਤਮ ਕਰਨੀ ਚਾਹਾਂਗਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉਂ ਵਾਲੇ ਨੈਣਾ ਕੋ ਨੀਂਦਰ ਉਹ ਨਿੱਤ ਚਾਲ ਪਏ ਵਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਨਿੱਤ ਚਾਲ ਪਏ ਰਹਿੰਦੇ, ਸੋ ਨਿੱਤ ਚਾਲ ਪਏ ਰਹਿੰਦੇ।
get high.